ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪ ਜੀ ਨਾਲ ਇੱਕ ਜਾਣਕਾਰੀ ਸ਼ੇਅਰ ਕਰਨ ਜਾ ਰਹੇ ਹਾਂ। ਪੰਜਾਬ ਸਰਕਾਰ ਨੇ 2020-21 ਦੇ ਵਾਸਤੇ ਸੰਦ ਖਰੀਦਣ ਲਈ 80% ਸਬਸਿਡੀ ਦੀ ਇੱਕ ਨਵੀਂ ਪਾਲਿਸੀ ਤਿਆਰ ਕੀਤੀ ਹੈ, ਜਿਸ ਦੇ ਵਿੱਚ ਇਕੱਲਾ ਬੰਦਾ ਜਾਂ ਗਰੁੱਪ ਦੇ ਵਿੱਚ ਜਾਂ ਸੁਸਾਇਟੀ ਦੇ ਵਿੱਚ ਸੰਦ ਖਰੀਦ ਸਕਦਾ। ਉਹਦੇ ਲਈ ਕਿਹੜੇ ਕਿਹੜੇ ਡਾਕੂਮੈਂਟ ਜ਼ਰੂਰੀ ਹਨ ਅਤੇ ਕਿਹੜੇ ਕਿਹੜੇ ਉਹਦੇ ਨਾਲ ਸਵੈ ਘੋਸ਼ਣਾ ਪੱਤਰ ਜਾਂ ਹੋਰ ਚੀਜ਼ਾਂ ਨਾਲ ਲੱਗਣਗੀਆਂ, ਇਸ ਤਰ੍ਹਾਂ ਦੀ ਇਹ ਆਪ ਜੀ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੇ ਲਈ ਆਪ ਜੀ ਪੂਰੀ ਜੇ ਫਾਈਲ ਦੇਖਣੀ ਹੈ, ਮੇਰਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਮੇਰੀ ਵੈਬਸਾਈਟ ਦਾ, ਉੱਥੇ ਜਾ ਕੇ PDF ਫਾਈਲ ਡਾਊਨਲੋਡ ਕੀਤੀ ਜਾ ਸਕਦੀ ਹੈ ਅਤੇ ਇਸ ਲਈ ਜੋ ਵੀ ਇਹ ਸਕੀਮ ਹੈ ਇਸ ਦਾ ਲਾਭ ਲਿਆ ਜਾ ਸਕਦਾ ਹੈ। 80% ਸਬਸਿਡੀ ਗਰੁੱਪਸ ਵਾਸਤੇ ਸਰਕਾਰ ਨੇ ਦਿੱਤੀ ਹੈ। ਮੇਨ ਗੱਲ ਇਹ ਹੈ ਇਸ ਵਾਰ ਸਵੈ ਘੋਸ਼ਣਾ ਪੱਤਰ ਲਏ ਜਾ ਰਹੇ ਹਨ ਤਾਂ ਕਿ ਜੋ ਗਰੁੱਪ ਬਣੇ ਹਨ ਅਤੇ ਗਰੁੱਪ ਦੇ ਵਿੱਚ ਹੀ ਇਸਤੇਮਾਲ ਕੀਤਾ ਜਾਵੇ ਸੰਦਾਂ ਨੂੰ, ਨਾ ਕਿ ਉਹ ਇੱਕ ਬੰਦਾ ਇਕੱਲਾ ਹੀ ਫਾਇਦਾ ਲੈ ਕੇ ਆਪਦੇ ਨਿੱਜੀ ਸਵਾਰਥਾਂ ਲਈ ਕੰਮ ਕਰ ਸਕੇ। ਦੂਸਰੀ ਗੱਲ, ਇੰਡੀਵਿਜੁਅਲ ਵਾਸਤੇ ਵੀ ਸਹੂਲਤ ਦਿੱਤੀ ਗਈ ਹੈ ਅਤੇ ਪੂਰੀ ਪਾਲਿਸੀ ਦੀ ਕਾਪੀ ਆਪ ਜੀ ਨੂੰ ਮੇਰੀ ਵੈਬਸਾਈਟ ਤੋਂ ਮਿਲ ਜਾਵੇਗੀ, ਜੋ ਨੀਚੇ ਲਿੰਕ ਦੇ ਵਿੱਚ ਦਿੱਤੀ ਹੋਈ ਹੈ, ਉੱਥੇ ਜਾ ਕੇ PDF ਦੇ ਵਿੱਚ ਡਾਊਨਲੋਡ ਕੀਤੀ। ਸਤਿ ਸ਼੍ਰੀ ਅਕਾਲ।